ਫੋਟੋ ਫੋਟੋ ਤੂੰ ਖਿਚਾਉਣਾ ਨਾ ਕਾਕਾ ਮੈਂ ਦੱਸਣਾ ਚਾਹੁੰਦਾ ਸਾਡੇ ਮਾਨਯੋਗ SSP ਸਾਹਿਬ ਅੰਮ੍ਰਿਤਸਰ ਦਿਹਾਤੀ ਸ਼੍ਰੀ ਸਤਿੰਦਰ ਸਿੰਘ IPS ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸਾ ਹੀ ਆਪਣੇ ਜਿਹੜੇ ਹੈਗੇ ਆ SHO ਬਿਆਸ ਸਲਾਮ ਸਿੰਘ ਹੋਣੀ ਉਹਨਾਂ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈਗਾ ਗੋਲੀਕਾਂਡ ਵਿੱਚ ਜਿਹੜਾ ਬਿਆਸ ਦਾ ਹੋਇਆ ਸੀ। ਤੇ ਉਹਦੇ ਤਹਿਤ ਅਸੀਂ ਮੁਕੱਦਮਾ ਨੰਬਰ 231 307 120 20 IPC 2554 ਜਿਹੜਾ ਇੱਥੇ ਦਰਜ ਹੋਇਆ ਸੀ ਉਹਨਾਂ ਚਾਰਾਂ ਦੋਸ਼ੀਆਂ ਨੂੰ ਅਸੀਂ ਜਿਹੜਾ ਉਸ ਮੁਕੱਦਮੇ ਵਿੱਚ ਗ੍ਰਿਫ਼ਤਾਰ ਕੀਤਾ ਹੈਗਾ ਤੇ ਹੁਣ ਉਹ ਦੋਸ਼ੀ ਸਾਡੇ ਕੋਲ ਰਿਮਾਂਡ ਦੇ ਹੈਗੇ ਨੇ ਤੇ ਇਹਨਾਂ ਦੀ ਪੁੱਛਗਿੱਛ ਜਾਰੀ ਆ। ਤੇ ਇਹ ਮੁਕੱਦਮਾ ਜਿਹੜਾ ਸੀ ਇਹ ਫਰੋਤੀ ਦਾ ਮੁਕੱਦਮਾ ਸੀ ਜਿਹੜਾ 212 ਨੰਬਰ ਹੈ 13/11/23 ਨੂੰ ਦਰਜ ਕੀਤਾ ਗਿਆ। ਇਹਨਾਂ ਨੂੰ ਰਿਕਵਰੀ ਜਿਹੜੀ ਹੈ ਇਹਨਾਂ ਤੋਂ ਹੋਈ ਹੈਗੀ ਇੱਕ ਪਿਸਟਲ ਹੋਇਆ ਹੈਗਾ ਇੱਕ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਉਹ ਤੇ 3 ਮੋਬਾਈਲ ਹੋਏ। ਇਹਨਾਂ ਦਾ ਬੈਕਗਰਾਉਂਡ ਹੈਗਾ ਵੀ ਇੱਕ ਬੰਦੇ ਤੇ ਜਿਹੜਾ ਪਹਿਲਾਂ ਪਰਚਾ ਦਰਜ ਹੋਇਆ ਹੈਗਾ ਜਿਹੜਾ ਇਹ ਮੇਨ ਸ਼ੂਟਰ ਹੈ ਜਿਹੜਾ ਹਜੂਰ ਸਿੰਘ ਉਰਫ ਮਾਨਵ ਹੈਗਾ ਇਹਨਾਂ ਨੇ ਇੱਕ ਕਾਰ ਖੋਹੀ ਸੀ ਉੱਥੇ ਨਵੇਂ ਸ਼ਹਿਰ ਏਰੀਏ ਵਿੱਚ ਜਿਹੜਾ ਬੈਰਾਮ ਥਾਣਾ ਹੈ ਉੱਥੇ ਪਰਚਾ ਦਰਜ ਹੈ ਇਹਨਾਂ ਦੇ ਖਿਲਾਫ਼। 2020 ਦੇ ਵਿੱਚ ਗੱਟੂ ਨਾਮ ਦਾ ਬੰਦਾ ਸੀ ਤੇ ਇਹ ਫਰੋਤੀ ਦਾ ਮਾਮਲਾ ਸੀ। ਹਾਂਜੀ ਇਹ ਹਾਇਰ ਕੀਤੇ ਗਏ ਗੱਟੂ ਇਹ ਟੋਟਲ ਇਹਨਾਂ ਦੀ ਫਰੋਤੀ 15 ਲੱਖ ਦੀ ਸੀ 15 ਲੱਖ ਵਾਸਤੇ ਨਾ ਲਿਆ ਸੀ। ਇਹਨਾਂ ਨੂੰ ਉਹਨੇ ਕਿਹਾ ਸੀ ਵੀ ਮੈਂ ਲੱਖ ਰੁਪਇਆ ਦੇਊਂਗਾ ਇਹਨਾਂ ਨੂੰ ਕੀਤਾ ਸੀ ਲੱਖ ਰੁਪਏ ਵਿੱਚ ਤੇ ਜੋ ਸਾਹਮਣੇ ਸਾਡੇ ਤਫਤੀਸ਼ ਦੇ ਦੌਰਾਨ ਸਾਹਮਣੇ ਆਈ। ਦੋ ਬੰਦੇ ਤੇ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਦੋ ਹੋਰ ਕਿਤਾ ਚਾਰ ਜਿਹੜੇ ਦੋ ਇਹਨਾਂ ਦਾ ਲਿੰਕ ਜੁੜਦਾ ਜਿਹੜੇ ਮੋਬਾਈਲ ਸੀ ਨਾ ਮੋਬਾਈਲ ਦੇ ਉੱਤੇ ਇਹਨਾਂ ਦਾ ਲਿੰਕ ਜੁੜਿਆ ਕਿਉਂਕਿ ਲਾਲੇ ਨੇ ਜਿਹੜਾ ਇਹਨੂੰ ਗੱਟੂ ਨੂੰ ਹਾਇਰ ਕੀਤਾ ਸੀ ਗੱਟੂ ਨੇ ਅੱਗੇ ਇਹਨਾਂ ਬੰਦਿਆਂ ਨੂੰ ਦੂਜਾ ਆਪਣੇ ਸਾਥੀਆਂ ਨੂੰ ਕੀਤਾ ਸੀ। ਇਹਨਾਂ ਨੇ ਟੋਟਲ ਲੱਖ ਰੁਪਇਆ ਇਹਨਾਂ ਦਾ ਕੀਤਾ ਸੀ ਲੈਣਾ ਕੀਤਾ ਸੀ। ਹਾਂ ਚਲੋ ਹੁਣ ਇਹਦੇ ਵਿੱਚ ਜਿਹੜਾ ਹੈਗਾ ਵਾ ਹੋਰ ਕੋਈ ਅਕਿਊਜ਼ਡ ਹੈਗੇ ਜਿਹੜੇ ਇਸ ਮਾਮਲੇ ਨਹੀਂ ਚਾਰੋਂ ਅਸੀਂ ਫੜ ਗਏ ਇੱਕ ਲਾਲਾ ਹੈਗਾ ਉਹਨੂੰ ਜਿਹੜਾ ਸਾਡੀ ਭਾਲ ਜਾ ਰਹੀ ਹੈ ਲਾਲੇ ਨੂੰ ਫੜਿਆ ਜਾਊਗਾ ਜਿਹਦੇ ਵੱਲੋਂ ਇਹ ਹੈਗੇ ਸੀ ਫਰੋਤੀ ਬਸ ਜਿਹੜੀ ਫਾਈਨ ਟਰੈਕਿੰਗ ਹੈਗੀ ਇਹਦੀ ਬਸ ਉਹ ਕੇਸ ਦੇ ਹਵਾਲੇ ਤੇ ਕਿੱਥੋਂ ਕੇਸ਼ਨ ਇਹ ਅਸੀਂ ਮੋਬਾਈਲਾਂ ਤੋਂ ਕਰ ਰਹੇ ਹਾਂ ਅਸੀਂ ਕੋਈ ਟੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦੀ ਗ੍ਰਿਫਤਾਰ ਕਰੋ। ਹੋਰ ਵੀ ਕੋਈ ਟ੍ਰੈਕਪੋਰਟਸ ਹੈਗੀਆਂ ਇਹਨਾਂ ਨੂੰ ਮੇਰੇ ਕੋਲ ਪਹਿਲਾਂ ਹੈਗੀਆਂ ਸੀਗੀਆਂ ਹੁਣ ਫਿਲਹਾਲ ਠੀਕ ਹੈ ਕੋਈ ਗੱਲ ਨਹੀਂ ਹੈ ਸਾਹਮਣੇ ਨਹੀਂ ਆਈ ਇਹ ਸਿੰਗਲੀ ਜਿਹੜਾ ਹੈਗਾ ਪਰਸਨ ਸਾਹਮਣੇ ਆਇਆ ਜਿਹਨੂੰ ਟ੍ਰੈਕਪੋਰਟਸ ਆ ਗਈਆਂ ਪ੍ਰੋਸੀਜ਼ਰ ਤੇ ਹੋਰ ਇਹ ਸਿੰਗਲੇ ਹੈਗਾ ਫਿਲਹਾਲ ਕੋਈ ਸਿੰਗਲ ਚੱਲ ਰਿਹਾ ਹੈ ਇਹਦੀ ਤਫਤੀਸ਼ ਜਿਹੜੀ ਆ ਇਹਦਾ ਉਹ ਰੰਜਨ ਮਾਮਲਾ ਦੱਸਿਆ ਜਾ ਰਿਹਾ ਉਹਦੇ ਵੱਲੋਂ ਜਿਹੜਾ ਬੰਦਾ ਕਿਹਾ ਸੀਗਾ ਉਹਨੇ ਕਿਹਾ ਕਿ ਰੰਜਿਸ਼ ਹੈਗੀ ਉਹ ਕਹਿ ਰਿਹਾ ਆਪਣਾ ਕੀ ਰੰਜਿਸ਼ ਹੈ ਕਿਉਂਕਿ ਉਹਨਾਂ ਨੂੰ ਦੁਬਾਰਾ ਭੰਗਾਇਆ ਗਿਆ ਕੋਈ ਕੋਈ ਪ੍ਰੋਟੈਕਸ਼ਨ ਕਿਹਨਾਂ ਦੀ ਜੀ ਜਿਹੜੇ ਗੋਲੀਆਂ ਨਹੀਂ ਉਹਦੀ ਪ੍ਰੋਟੈਕਸ਼ਨ ਪੁਲਿਸ ਵੱਲੋਂ ਪੂਰੀ ਹੈ ਪੂਰਾ ਪੂਰਾ ਖਿਆਲ ਰੱਖਿਆ ਜਾ ਰਿਹਾ ਪੂਰੀ ਪ੍ਰੋਟੈਕਸ਼ਨ ਦਿੱਤੀ ਗਈ।